ਸਪੈਸ਼ਲ ਐਲੀਮੈਂਟਸ ਦੇ ਖਿਲਾਫ ਜਿਹੜੀ ਸਾਡੀ ਕਮਿਸ਼ਨਰੇਟ ਪੁਲਿਸ ਦੀ ਡਰਾਈਵ ਚੱਲ ਰਹੀ ਹੈ ਉਹਦੇ 'ਚ ਅੱਛੀ ਸਕਸੈਸ ਮਿਲੀ ਹੈ। ਡਿਵੀਜ਼ਨ ਨੰਬਰ 5 ਪੁਲਿਸ ਸਟੇਸ਼ਨ ਦੇ SHO ਅਤੇ ਉਹਨਾਂ ਦੇ DSP ਸਾਹਿਬ ਨੇ ਇੱਕ ਬੜਾ ਨੋਟੋਰੀਅਸ ਕ੍ਰਿਮੀਨਲ ਹੈ ਅਜੇਪਾਲ ਸਿੰਘ ਨਿਹੰਗ ਕਹਿੰਦੇ ਉਹਨੂੰ ਗ੍ਰਿਫਤਾਰ ਕੀਤਾ ਔਰ ਉਹਦੀ ਗ੍ਰਿਫਤਾਰੀ ਤੋਂ ਬਾਅਦ 7 ਇਲਿਸਿਟ ਵੈਪਨ ਨਜਾਇਜ਼ ਹਥਿਆਰ ਜਿਹੜੇ ਪਿਸਟਲ ਔਰ 117 ਗੋਲੀਆਂ ਉਹ ਤੋਂ ਬਰਾਮਦ ਹੋਈਆਂ ਔਰ ਇਹ ਮੁਲਜ਼ਮ ਜਿਹੜਾ ਇਹਨੇ 10ਵੇਂ ਮਹੀਨੇ ਦੇ ਵਿੱਚ ਵੀ ਇੱਕ ਸਪੇਅਰ ਪਾਰਟਸ ਦੇ ਬਿਜ਼ਨਸਮੈਨ ਨੂੰ ਫਰੌਤੀ ਲੈਣ ਵਾਸਤੇ ਉਹਨੂੰ ਪਿਸਟਲ ਪੁਆਇੰਟ 'ਤੇ ਡਰਾਇਆ ਸੀਗਾ, ਉਹ ਵੀ ਮੁਕੱਦਮਾ ਦਰਜ ਹੈ। ਇਸ ਤੋਂ ਇਲਾਵਾ 7 ਹੋਰ ਮੁਕੱਦਮੇ ਇਹਦੇ ਵੱਖ ਵੱਖ ਜ਼ਿਲ੍ਹਿਆਂ 'ਚ ਪੰਜਾਬ ਦੇ ਵੀ ਦਰਜ ਹੈ ਜਿਹ 'ਚ ਮਰਡਰ ਹੈ, ਅਟੈਂਪਟ ਟੂ ਮਰਡਰ ਹੈ, NDPS ਐਕਟ ਵੀ ਹੈ ਔਰ ਦੂਜਾ ਇਹਦੇ 'ਚ ਇਹਨੇ ਲੜਾਈਆਂ ਝਗੜੀਆਂ ਦੇ ਵੀ ਜਿਹੜੇ ਮੁਕੱਦਮੇ ਹੈ ਉਹਨਾਂ 'ਚ ਵੀ ਇਹਦੇ ਖਿਲਾਫ਼ ਐਕਸ਼ਨ ਹੋਇਆ, ਜਿਵੇਂ ਕਿ ਪਟਿਆਲੇ ਦੇ ਵਿੱਚ, ਨਵਾਂਸ਼ਹਿਰ ਡਿਸਟ੍ਰਿਕਟ ਦੇ ਵਿੱਚ, ਜਲੰਧਰ ਰੂਰਲ ਦੇ ਵਿੱਚ ਔਰ ਕਮਿਸ਼ਨਰੇਟ ਦੇ ਵਿੱਚ ਵੀ। ਪਿਛੋਕੜ ਇਹਦਾ ਇਹ ਹੈ ਕਿ 10ਵੀਂ ਪਾਸ ਕਰਕੇ ਇਹਨੇ ਮੋਬਾਈਲਸ ਦੀ ਦੁਕਾਨ ਕੀਤੀ ਸੀਗੀ ਔਰ ਉਸ ਤੋਂ ਬਾਅਦ ਇਹ ਕ੍ਰਾਈਮ ਦੀ ਦੁਨੀਆ 'ਚ ਇਹਦਾ ਸਟੈਪ ਰੱਖਣ ਲੱਗ ਗਿਆ ਔਰ ਕਪੂਰਥਲਾ ਅਤੇ ਪਟਿਆਲਾ ਜੇਲ੍ਹਾਂ 'ਚ ਪਹਿਲਾਂ ਬੰਦ ਵੀ ਰਿਹਾ। ਜਿਹੜੇ ਫੜੇ ਗਏ ਵੈਪਨ ਨੇ ਉਹਨਾਂ 'ਚ 0.32 ਬੋਰ ਦੇ 2 ਵੈਪਨ ਨੇ, 0.315 ਦੇ ਹੈ ਪਿਸਟਲ, 12 ਬੋਰ ਦੇ ਹੈ। ਇਸ ਤਰ੍ਹਾਂ ਵੱਖ ਵੱਖ ਜਿਹੜੇ ਇਹਨਾਂ ਨੇ ਹਥਿਆਰ ਇਕੱਠੇ ਕੀਤੇ ਹੋਏ ਸੀ ਔਰ ਇਹਦੀ ਪੁੱਛਗਿੱਛ ਜਿਹੜੀ ਹੈ ਹੁਣ ਡਿਮਾਂਡ ਲੈ ਕੇ ਕੀਤੀ ਜਾ ਰਹੀ ਹੈ ਤਾਂ ਕਿ ਸਾਨੂੰ ਸੋਰਸ ਪਤਾ ਲੱਗ ਸਕੇ ਕਿ ਜਿਹੜੇ ਇਲਿਸਿਟ ਵੈਪਨ ਕਿੱਥੋਂ ਆਏ ਹੈ ਔਰ ਇਹ ਸਾਰੀ ਜਿਹੜੀ ਚੇਨ ਅਸੀਂ ਬ੍ਰੇਕ ਕਰਾਂਗੇ। ਇਹਦੇ ਫੜੇ ਜਾਣ ਨਾਲ ਇਸ ਏਰੀਏ ਦੇ ਵਿੱਚ, ਸਪੈਸ਼ਲੀ ਜਿਹੜਾ ਵੈਸਟ ਏਰੀਆ, ਉਹਦੇ 'ਚ ਬਹੁਤ ਲੋਕਾਂ ਦੇ ਵਿੱਚ ਸਹਿਮ ਪੈਦਾ ਹੋਇਆ ਸੀ ਕਿਉਂਕਿ ਅਜੇਪਾਲ ਨਿਹੰਗ ਬੜੀ ਦੇਰ ਦਾ ਇੱਕ ਨੋਟੋਰੀਅਸ ਕ੍ਰਿਮੀਨਲ ਉੱਥੇ ਘੁੰਮ ਰਿਹਾ ਸੀਗਾ ਔਰ ਲੋਕ ਬੜੀ ਵਾਰੀ ਔਫਿਸਰਸ ਕੋਲ ਵੀ ਪੇਸ਼ ਹੁੰਦੇ ਸੀ ਕਿ ਇਹਨੂੰ ਜਲਦੀ ਕਾਬੂ ਕੀਤਾ ਜਾਵੇ। ਸੋ ਮੈਂ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਥਾਣਾ SHO ਡਿਵੀਜ਼ਨ ਨੰਬਰ 5 ਨੂੰ ਵੀ ਔਰ ਉਹਨਾਂ ਦੇ DSP ਸਾਹਿਬ ਨੂੰ ਔਰ ਇਹਨਾਂ ਨੂੰ ਵਾਜਬ ਇਨਾਮ ਵੀ ਦਿੱਤਾ ਜਾਵੇ।